ਨਾਮ ਜੀ? ਪਰਮਜੀਤ। ਕੀ ਗੱਲਬਾਤ ਕੀ ਆ? ਅੱਜ ਜਿਹੜੀ ਕੰਧ ਕਾਰਨ ਤੋਂ ਜਿਹੜਾ ਹੈਗਾ ਬੱਸਾਂ ਜਿਹੜੀਆਂ ਹੈਗੀਆਂ ਅੱਜ ਬੱਸ ਅੱਡੇ ਦੇ ਵਿੱਚ ਨਹੀਂ ਆ ਰਹੀਆਂ। ਰੌਲਾ ਕੁਛ ਨੀ, ਰੌਲਾ ਅਸੀਂ ਕਿਹਾ ਜੀ ਕਾਰਾਂ ਮੋਟਰਸਾਈਕਲ ਬੰਦ ਕਰਾ ਦਿਓ, ਕੰਧ ਕਰ ਦਿਓ, ਜਮਾਂ ਕੰਧ ਕਰ ਦਿਓ, ਸਾਨੂੰ ਕੋਈ ਰਤਰਾਜ ਨਹੀਂ। ਇਹਨਾਂ ਨੇ ਕਿਹਾ ਕਾਰਾਂ ਦਾ ਰਾਹ ਫੇਰ ਛੱਡਤਾ। ਕੱਲ ਸੰਧੂ ਬੱਸ ਲੱਗੀ, ਉਹਨੇ 5500 ਰੁਪਇਆ ਦਿੱਤਾ, ਉਧਰ ਮੇਰੀ ਗੱਡੀ ਕਰਤਾਰ ਬੱਸ ਲੱਗੀ, ਅਸੀਂ 11,500 ਰੁਪਇਆ ਦਿੱਤਾ। ਅਸੀਂ ਕਿਹਾ ਕੰਧ ਕਰ ਦਿਓ, ਕੋਈ ਰੌਲਾ ਨਹੀਂ। ਇਹਨਾਂ ਨੇ ਕਾਰਾਂ ਫੇਰ ਲੰਘਦੀਆਂ ਕਰਤੀਆਂ, ਅਸੀਂ ਪਰਚੀ ਬੰਦ ਕਰਤੀ। ਇਹਦੇ ਸੰਬੰਧ ਚ ਜਾ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਤੁਹਾਡੀ ਮੀਟਿੰਗ ਹੋਈ ਕੋਈ? ਬਸ ਪ੍ਰਧਾਨ ਸਾਹਿਬ ਦੀ ਹੋਈ ਏ, ਮੰਗੀ ਸਾਹਿਬ ਦੀ। ਅੱਛਾ, ਮੰਗੀ ਪ੍ਰਧਾਨ ਕੀ ਕਹਿੰਦੇ ਹੋ? ਹੁਣ ਉਹਨਾਂ ਨੇ ਅਜੇ ਕੋਈ ਫੈਸਲਾ ਨਹੀਂ ਦਿੱਤਾ। ਇਹ ਬੱਸ ਅੱਡਾ ਜਿਹੜਾ ਹੈਗਾ ਇਧਰੋਂ ਵੀ ਬੰਦ ਕਰ ਦਿੱਤਾ, ਉਧਰੋਂ ਵੀ ਬੰਦ ਕਰ ਦਿੱਤਾ ਗਿਆ, ਕੀ ਕਹਿਣਾ ਚਾਹੋਗੇ? ਹੁਣ ਅਸੀਂ ਕੀ ਕਰ ਸਕਦੇ, ਪ੍ਰਧਾਨ ਉਹਦਾ ਤੇ ਗੱਲ ਕਰੇਗਾ। ਇਹ ਬੱਸਾਂ ਅੰਦਰ ਆਣਗੀਆਂ ਕਿ ਨਹੀਂ ਆਣਗੀਆਂ? ਆਉਣਗੀਆਂ, ਫੈਸਲਾ ਹੋ ਜੇ ਤਾਂ ਆਉਣਗੀਆਂ, ਨਹੀਂ ਤੇ ਬਾਹਰੋਂ ਕਮਾਈ ਜਾਂਦੇ। ਕਹਿੰਦੇ ਪਰਚੀ ਨਹੀਂ ਕਟਾਉਂਦੇ ਹੈਗੇ ਤੇ ਪਰਚੀ ਬੰਦ ਤਾਂ ਹੀ ਕੀਤੀ, ਅਸੀਂ ਕਿਹਾ ਕਾਰਾਂ ਬੰਦ ਕਰਦੇ, ਅੰਦਰ ਆਉਣੀਆਂ, ਕਾਰਾਂ ਬੰਦ ਕਰਦੇ, ਜੀ ਸਦਕੇ ਅਸੀਂ ਪਰਚੀ ਲੈਨੇ ਆ। ਪਰ ਇਹ ਉਹਨਾਂ ਦਾ ਕਹਿਣਾ ਹੈਗਾ ਇਹ ਕੰਧ ਤਾਂ ਕੀਤੀ ਹੈ ਕਿਉਂਕਿ ਇਧਰ ਐਕਸੀਡੈਂਟ ਦਾ ਕਾਰਨ, ਐਕਸੀਡੈਂਟ ਆ ਰੌਂਗ ਸਾਈਡ ਤਾਂ ਜਾਂਦੀਆਂ ਇਧਰੋਂ ਗੱਡੀਆਂ, ਐਕਸੀਡੈਂਟ ਤਾਂ ਹੀ ਹੁੰਦੇ ਆ। ਅਜੇ ਅਸੀਂ ਕਿਹਾ ਕੰਧ ਕਰ ਦਿਓ, ਨਾ ਕਾਰ ਮੋਟਰਸਾਈਕਲ ਇਧਰ ਦੀ ਰੌਂਗ ਸਾਈਡ ਨਾ ਆਵੇ। ਨਕੋਦਰ ਬੱਸ ਸਟੈਂਡ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਕੰਧ ਕਰ ਦਿੱਤੀ ਗਈ ਨਗਰ ਕੌਂਸਲ ਦੇ ਵੱਲੋਂ। ਇਹ ਕੰਧ ਤਾਂ ਕੀਤੀ ਗਈ ਕਿਉਂਕਿ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਇੱਧਰ ਦੀ ਜਦੋਂ ਬੱਸਾਂ ਲੰਘਦੀਆਂ ਸਨ, ਬੱਸ ਅੱਡੇ ਦੇ ਵਿੱਚ ਐਂਟਰ ਹੁੰਦੀਆਂ ਸਨ ਜਾਂ ਬਾਹਰ ਨਿਕਲਦੀਆਂ ਸਨ, ਉਦੋਂ ਐਕਸੀਡੈਂਟ ਦਾ ਕਾਰਨ ਬਣਦਾ ਸੀ। ਪਰ ਹੁਣ ਜਿਹੜਾ ਬੱਸ ਅੱਡੇ ਦੇ ਵਿੱਚ ਜਿਹੜਾ ਹੈਗਾ ਵਾ, ਬੱਸਾਂ ਵਾਲਿਆਂ ਨੇ ਵੀ ਜਿਹੜੀਆਂ ਹੈਗੀਆਂ ਪਰਚੀਆਂ ਬੰਦ ਕਰਨ ਤੋਂ ਬਾਅਦ ਨਗਰ ਕੌਂਸਲ ਨੇ ਵੀ ਜਿਹੜਾ ਹੈਗਾ ਇੱਕ ਫੈਸਲਾ ਲੈ ਲਿਆ, ਜਿਹੜਾ ਬੱਸ ਅੱਡਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਨਗਰ ਕੌਂਸਲ ਵੱਲੋਂ। ਜਿਹੜਾ ਹੈਗਾ ਦੋਨਾਂ ਪਾਸਿਓ ਬੱਸ ਅੱਡਾ ਬੰਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਜਿੰਨਾ ਚਿਰ ਪਰਚੀ ਨਹੀਂ ਉਨਾ ਚਿਰ ਬੱਸ ਨਹੀਂ ਬੱਸ ਅੱਡੇ 'ਚ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਮਸਲੇ ਦੇ ਉੱਤੇ ਕੀ ਫੈਸਲਾ ਹੋਵੇਗਾ। ਕੈਮਰਾ ਪਰਸਨ ਨਾਲ ਪ੍ਰਨੀਤ ਅਰੋੜਾ, ਨਕੋਦਰ।